ਸਤਿ ਸ਼੍ਰੀ ਅਕਾਲ ਜੀ, ਮੈਂ ਸਪ੍ਰੀਤ ਸਿੰਘ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਕਰਦਾ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਬਾਬੇ ਪੰਜ ਪੀਰ ਜੀ ਦੇ ਮੇਲੇ ਨੂੰ, ਜੋ ਕਿ ਪਿੰਡ ਦਰਾਹ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਕੀ ਕੁਝ ਖਾਸ ਹੈ ਆਪਾਂ ਸਾਰਾ ਦੇਖਾਂਗੇ। ਇਸ ਮੇਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੱਖਰੀਆਂ ਨੇ, ਕੀ ਵੱਖਰੀਆਂ ਨੇ ਆਪਾਂ ਪੂਰੀ ਵੀਡੀਓ 'ਚ ਦੇਖਾਂਗੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਵਿੱਚ ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਅਤੇ ਅਸੀਂ ਹੋਰ ਵੀ ਨਵਾਂ ਵਧੀਆ ਕੰਟੈਂਟ ਤੁਹਾਡੇ ਲਈ ਲਿਆ ਸਕੀਏ। ਇਸ ਮੇਲੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਵੀ ਨੇ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ, ਇਸ ਲਈ ਵੀਡੀਓ ਨੂੰ ਐਂਡ ਤੱਕ ਵਾਚ ਕਰਿਓ ਅਤੇ ਬਣੇ ਰਹੋ ਸਾਡੇ ਨਾਲ। ਅਤੇ ਹੁਣ ਆਪਾਂ ਚੱਲਦੇ ਹਾਂ ਮੇਲੇ ਦੀ ਸ਼ੁਰੂਆਤ ਕਰਦੇ ਹਾਂ, ਮਤਲਬ ਵੀਡੀਓ ਦੀ ਸ਼ੁਰੂਆਤ ਕਰਦੇ ਅਤੇ ਮੇਲੇ ਨੂੰ ਵਿਜ਼ਿਟ ਕਰਦੇ ਹਾਂ। DJ. ਬਾਬੇ ਪੰਜ ਪੀਰ ਦਾ ਮੇਲਾ ਜੀ, ਪਿੰਡ ਦਰਾਹਾ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਇਲਾਕੇ ਦੀਆਂ ਸੰਗਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜੀ। ਬਾਬੇ ਪੰਜ ਪੀਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾਈ ਪੰਨੇ ਸ਼ਾਹ ਜੀ ਹਨ। ਹਰ ਵੀਰਵਾਰ ਵਾਲੇ ਦਿਨ ਵੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਦੇ ਉੱਤੇ, ਇਸ ਸਥਾਨ ਦੇ ਉੱਤੇ ਜੁੜਦੀਆਂ ਹਨ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਮੇਲੇ ਦੇ ਵਿੱਚ ਕੀ ਕੁਝ ਆ ਖਾਸ ਉਹ ਦੇਖਦੇ ਹਾਂ, ਬਾਬੇ ਪੰਜ ਪੀਰ ਜੀ ਦੀ ਦਰਗਾਹ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਆ ਕਰੋ ਜੀ। ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਜੀ ਮੇਲੇ ਨੂੰ, ਮੇਲੇ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਬਹੁਤ ਵਧੀਆ ਢੰਗ ਨਾਲ, ਸੁਚੱਜੇ ਢੰਗ ਨਾਲ ਮੇਨਟੇਨ ਕੀਤਾ ਹੋਇਆ ਆ। ਜੇਕਰ ਕਿਸੇ ਨੇ ਕੋਈ ਸ਼ੋਪਿੰਗ ਵਗੈਰਾ ਕਰਨੀ ਆ, ਕੁਛ ਖਾਣਾ ਪੀਣਾ ਆ, ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਜੀ, ਉਸ ਹਿਸਾਬ ਨਾਲ ਇਸ ਮੇਲੇ ਨੂੰ ਮੇਨਟੇਨ ਕੀਤਾ ਹੋਇਆ ਆ, ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਜੀ ਇਸ ਦਰਗਾਹ ਦੇ ਅੰਦਰ ਤੋਂ ਦਰਸ਼ਨ ਕਰਦੇ ਹਾਂ ਜੀ।
ਇਸ ਵੀਡੀਓ ਦੀ ਸਮਾਪਤੀ ਤੇ ਹੁਣ ਆਪਾਂ ਮਿਲਾਂਗੇ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਨਾਲ, ਬਣੇ ਰਹੋ ਸਾਡੇ ਨਾਲ। ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਸਾਡੇ ਚੈਨਲ ਨੂੰ। ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਨਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਤੇ ਹੁਣ ਆਪਾਂ ਮਿਲਾਂਗੇ ਅਗਲੀ ਪਲੇਸ 'ਤੇ, ਸਾਡੇ ਨਾਲ ਜੁੜੇ ਰਹੋ ਤੇ ਟਾਟਾ ਬਾਏ ਬਾਏ।